ਪੀਰੋ ਕੇ ਹਾਲ ਆ? ਅਲਹਮਦੁਲਿਲਾ ਜੀ, ਸਿਹਤ ਨਹੀਂ ਸੁਣਾਓ ਅੱਲਾ ਪਾਕ ਦਾ ਜੀ, ਹੋਰ ਮਿਹਰਬਾਨੀ ਆ ਬਹਿਣੇ ਜੀ, ਕੱਪ ਲਾਉਣੇ ਪੀਰਾਂ ਨਾਲ। ਮੁਰਸ਼ਦ ਕੇ ਹਾਲ ਆ ਜੀ? ਅਲਹਮਦੁਲਿਲਾ ਜੀ, ਠੀਕ ਠਾਕ ਖੈਰੀਅਤ। ਸਿਹਤ ਨਹੀਂ ਸੁਣਾਓ? ਕਰਮ ਅੱਲਾ ਪਾਕ ਨਾਲ ਸਭ ਠੀਕ ਠਾਕ। ਕੁਝ ਜੁਲੇ ਸੀ ਤੁਹਾਡੇ ਟਾਇਰ ਪੰਚਰ ਹੋਈ ਆ? ਟਾਇਰ ਸਰ ਜੀ ਰੋਡਾਂ ਨਾਲ ਬਹੁਤ ਬੁਰਾ ਹਾਲ ਵੇ, ਜਿਸ ਰੋਡਾਂ ਨਾਲ ਮੈਂ ਜੀ 4 ਸਾਲ ਪਿਛਲੇ ਗੁਜ਼ਰੇ ਨਾ, ਤਬਾਹੀ ਹੋਈ ਗਈ ਸਾਡੀ। ਇਹ ਘੋਟਾ ਆੜੀ ਸਹੀ ਨਾ? ਹਾਂ ਬਿਲਕੁਲ, ਪਿੰਡੀ ਜਿਹੜੀ ਹੈ ਆ, ਜਿਹੜੀ ਪਿੰਡੀ ਘੋਟਾ ਰੋਡ ਹੀ ਨਾ, ਇਸਨੇ ਤਬਾਹੀ ਹੋਈ ਗਈ। ਯਕੀਨ ਮਨਸੋ ਕਿ ਡੇਲੀ 2-3 ਪੈਂਚਰ ਹੋਣੇ ਪੱਕੇ। ਸ਼ਾਹ ਜੀ ਤੁਸੀਂ ਨਹੀਂ, ਜਿਹੜੀ ਪਨਿਆਲੀ ਦੀ ਰੋਡ ਹੀ ਹੈ, ਭੌਣ ਰੋਡ ਹੈ, ਮਾਸ਼ਾਅੱਲਾ ਸੋਹਣੀ। ਸਾਰੇ ਇਹ ਤਾਂ ਹੀਰੋ ਰੋਡ ਹੀ ਨੇ, ਸ਼ਾਹ ਸਾਹਿਬ ਬਣਾਈ ਸੀ ਨਾ, ਉਹਨਾਂ ਤੋਂ ਬਾਅਦ ਫਿਰ ਕੰਮ ਹੀ ਕੋਈ ਨਹੀਂ ਆਇਆ। ਦੂਏ ਉਹ ਆਏ ਸੀ, ਇੱਕ ਬਹੁ ਰੋਲਾ ਬਾਣੇ ਹੋਣੇ, ਕਿਆ ਨਾਂ ਨੇ, ਸਦਾਕਤ ਵਾਸੀ? ਸਦਾਕਤ ਵਾਸੀ, ਹਾਂ। ਉਹਨਾਂ ਪੈਂਚ ਬਹੁ ਰੋਲਾ ਬਾਈ ਰੱਖਿਆ, ਲਾਰੇ ਲੱਪੇ, ਲਾਰੇ ਲੱਪੇ, ਪੁਲ ਹੈ ਬਣਿਆ ਤੇ ਪੁਲ ਉਹ ਪੈਂਚ ਸਖਾਵੇ ਚ ਪੁਲੇ ਪਰ ਤੈਰਨੇ ਰਹੇ ਆ। ਕੋਈ ਨਹੀਂ, ਬੁਰੇ ਲਾ ਤੇ ਜੀ, ਬਹੁ ਬੁਰੇ ਲਾ ਤੇ ਜੀ ਰੋਡਾਂ ਨੇ। ਅੱਲਾ ਮਾਫੀ ਦੇ, ਅੱਲਾ ਤਾਲਾ ਦਇਆ ਦਇਆ ਇਹਨਾਂ ਦੀ। ਸ਼ਾਹ ਜੀ ਮਹਿੰਗਾਈ ਵੀ ਤਾਂ ਬਹੁਤ ਹੋਏਗੀ ਨਾ? ਮਹਿੰਗਾਈ ਬਹੁਤ ਜ਼ਿਆਦਾ ਹੋਏਗੀ। ਅਸਲ ਵਿੱਚ ਕਬੀਰ ਬਾਈ, ਜਿਸ ਵੇਲੇ ਤੁਸਾਂ ਨੇ ਮੁਲਕ ਨਾ ਇੱਕ ਵਜ਼ੀਰ ਆਜ਼ਮ ਜਿਹੜਾ ਨਾ, 210 ਰੁਪਏ ਲੀਟਰ ਪੈਟਰੋਲ ਕੀ ਨਹੀਂ, 150 ਰੁਪਏ ਲੀਟਰ ਦਇਆ ਮੁਲਕ ਵਿੱਚ, 60 ਰੁਪਏ ਪਰ ਲੀਟਰ ਨੁਕਸਾਨ ਹੋ ਕਰਿਆ ਖਰੀਦਦਾਰੀ ਵਿੱਚ, ਕੀਮਤੇ ਖਰੀਦ ਵਿੱਚ। ਉਸ ਤੋਂ ਬਾਅਦ ਤੁਸਾਂ ਦੇਖੋ ਮੁਲਕ ਦੀ ਮਾਸ਼ੀਅਤ ਕਿੱਧਰ ਗਿਆ ਸੀ। ਬਿਲਕੁਲ ਠੀਕ। ਔਰ ਉਸਨਾ ਜਿਹੜਾ ਨਾ, ਸਿਰਫ ਔਰ ਸਿਰਫ ਸੋਚ ਹੀ ਕੀ ਹੋਇਆ ਕਿ ਮੈਂ ਹਾਂ ਤਾਂ ਸਾਰਾ ਕੁਝ, ਅਗਰ ਮੈਂ ਇਹਨਾਂ ਨੂੰ ਕੁਝ ਵੀ ਨਹੀਂ, ਯਾਨੀ ਮੁਲਕ ਨਾਲ ਦਿਲਚਸਪੀ ਹੀ ਕੋਈ ਨਹੀਂ। ਬਿਲਕੁਲ, ਲੜਾਈਆਂ ਝਗੜੇ ਆਪਸ ਹੀ ਰੋਲਾ, ਇਹ ਨਹੀਂ ਹੋਣਾ ਚਾਹੀਦਾ। ਸਾਰੇ ਹੀ ਆਪਸ ਵਿੱਚ ਮਿਲੀ ਜੁਲੀ ਬਈ, ਤਾਂ ਮੁਲਕ ਨੇ ਬਾਰੇ ਸੋਚਣਾ ਚਾਹੀਦਾ। ਆਵਾਮ ਰੁਲਣੀ ਪਈ, ਇਹ ਬਸ ਨਾਰੇ ਜੀ, ਰੋਡ ਬੰਦ ਕਰੋ ਅਤੇ ਇਹ ਕਰੋ ਅਤੇ ਫਲਾਣ, ਬਸ ਅਜ਼ਾਬ ਬਣਿਆ ਮੁਲਕ। ਮੁਰਸ਼ਦ ਅਸਾਂ ਤੱਕਿਆ ਜੀ, ਜਿਹੜੀ ਜਮਾਤ ਇਸ ਤਹਿਰ ਅਸਾਂ ਨੂੰ ਕੁਝ ਵੋਟ ਦੇਣੇ ਆ, ਸਾਡੀ ਵੀ ਕੋਈ ਵਾਬਸਤਗੀ ਹੈ, ਪਰ ਆਵਾਮ ਨੇ ਬਾਰੇ ਕੋਈ ਕੋਈ ਵੀ ਨਹੀਂ ਸੋਚਣਾ। ਸਾਰੇ ਆਪਣੇ ਆਪਣੇ ਰੋਲਿਆਂ ਪੇ, ਆਪਣੇ ਆਪਣੇ ਰੋਲਿਆਂ ਪੇ। ਇਹ ਗੱਲ ਲੋਕ ਨਾ, ਅੱਲਾ ਹੀ ਹਾਫਜ਼ ਹੈ ਜੀ, ਅੱਲਾ ਹਾਫਜ਼ ਹੈ ਬੇਸ਼ੱਕ। ਔਰ ਮੈਂ ਸਿਰ ਦੱਸਾਂ ਜੀ ਸਰਕਾਰਾਂ, ਕਿ ਕੋਈ ਪਤਾ ਨਹੀਂ ਉਹ ਕਿਸ ਤਰ੍ਹਾਂ ਨਿਜ਼ਾਮ ਚੱਲਣਾ, ਕੋਈ ਪਤਾ ਨਹੀਂ ਬੇਸ਼ੱਕ। ਇਹ ਕੋਈ ਉਲਿਆ ਇੱਥੇ ਜਿਹਨਾਂ ਨੇ ਵਜ੍ਹਾ ਤੋਂ ਨਿਜ਼ਾਮ ਚੱਲਣਾ ਪਿਆ, ਬਾਕੀ ਇੰਨਾ ਪਰਫੈਕਟ ਤਾਂ ਫਿਰ ਤਾਂ ਮਾਸ਼ਾਅੱਲਾ ਅਸਾਂ ਪਰ ਪੈਣ ਜੀ। ਸਾਡਾ ਉਸਨੇ ਤੂੰ ਅਫਗਾਨਿਸਤਾਨ ਤੋਂ ਬੁਰਾ ਹਾਲ ਹੋਇਆ ਇਸ ਵੇਲੇ, ਕਸਮ ਸੇ, ਔਰ ਬਗੈਰ ਜੰਗ ਤੂੰ ਤੱਕ। ਸ਼ਾਹ ਜੀ ਸਾਡੇ ਹਲਕੇ ਵਿੱਚ ਮਾਸ਼ਾਅੱਲਾ ਜਿਹੜਾ ਇਹ ਦੌਰ ਗੁਜ਼ਰਿਆ, ਜਿਹੜਾ ਇਸ ਟਾਈਮ ਜਿਹਾ ਜਿੰਨਾ ਵੀ ਜ਼ਹਿਰ ਜ਼ਿਮਨੀ ਇਲੈਕਸ਼ਨ ਇੱਕ ਵਜ੍ਹਾ ਨਾਲ ਜਿਹੜੀ ਜ਼ਹਿਰ ਹਕੂਮਤ ਟੁੱਟੀ ਗਈ ਸੀ, ਪਰ ਰਾਏਸਗੀਰ ਸਾਹਿਬ ਮਾਸ਼ਾਅੱਲਾ ਬੜੇ ਕੰਮ ਨਹੀਂ, ਰਾਏ ਸਾਹਿਬ ਕੰਮ ਬੜੇ ਕਰਾਏ, ਰਾਏਸਗੀਰ ਸਾਹਿਬ ਇਸ ਇਲਾਕੇ 'ਚ ਬੜੇ ਕੰਮ ਕਰਾਏ, ਔਰ ਇਲਾਕੇ 'ਚ ਤੱਕਿਆ ਅਸੀਂ ਕੋਈ ਖੁਸ਼ੀ ਗਮੀ ਵੈ ਰਾਏਸਗੀਰ ਸਾਹਿਬ ਹੀ ਹੋਣੇ, ਅਤੇ ਉਹ MNA ਨਾਲ ਕਿਰਦਾਰ ਅਦਾ ਕਰਨੇ ਪਏ, MPA ਨਾਲ ਕਿਰਦਾਰ ਅਦਾ। ਸ਼ਹਿਦ ਸਾਹਿਬ ਗਏ, ਸ਼ਹਿਦ ਸਾਹਿਬ ਅਸਲ ਵਿੱਚ ਮੀਆਂ ਸਾਹਿਬ ਕੋਈ ਨਹੀਂ ਨਾ, ਅਤੇ ਮਰੀਅਮ ਸਾਹਿਬ ਉਹ ਵੀ ਕੋਈ ਨਹੀਂ, ਸ਼ਹਿਬਾਜ਼ ਸ਼ਰੀਫ ਸਾਹਿਬ ਇੱਧਰ ਫਸੇ, ਅਤੇ ਬਾਕੀ ਜਿਤਨੇ ਕਨਵੈਨਸ਼ਨ ਹੋਣੇ ਉਹ ਸ਼ਹਿਦ ਸਾਹਿਬ ਨੇ ਸਿਰਿਆ ਪੂਰੇ, ਅਤੇ ਮੈਂ ਤਾਂ ਆਉਣਾ ਹਾਫੋ ਤਰ੍ਹਾਂ ਕਿੱਧਰ ਕਰੋ, ਤਾਂ ਕਿ ਉਹ ਇੱਧਰ ਕੋਈ ਕੰਮ ਸ਼ੰਮ ਕਰੋ, ਫਿਰੋਣ ਤੁਰੋਣ ਲੋਕਾਂ। ਇਹ ਸੁਣੋ ਜੀ ਨਾਜ਼ਰੀਨ, ਪੀਰਾਂ ਦੀ ਖਵਾਹਿਸ਼ ਸੀ ਕਿ ਆਫਸ ਆਫਸ ਆ, ਵੈਸੇ ਹਰ ਦਿਲ ਅਸੀਂ ਉਸਮਾਨ ਸਾਹਿਬ ਜਿਹੜੇ ਨਾ, ਕਿਆ ਬਾਤ, ਉਹ ਹਲਕੇ 'ਚ ਹੋਣਾ ਤਾਂ ਫਿਰ ਪਤਾ ਰਿਕਵਰੀ ਰਹਿਣੀ, ਔਰ ਆਫਸ ਔਰ ਆਫਸ ਸਾਹਿਬ ਦੇ ਨਾ, ਉਹ ਹਰ ਦਿਲ ਅਸੀਂ ਸ਼ਖਸੀਅਤ ਅਸੀਂ, ਐਸੇ ਹੀ ਹੈ, ਹਰ ਦਿਲ ਅਸੀਂ ਸ਼ਖਸੀਅਤ। ਆਫਸ ਸਾਹਿਬ ਬੜੇ, ਯਾਨੀ ਕਿ ਉਹ ਉਹਨਾਂ ਨੇ ਕਵਰ ਕਰਨੇ ਰਹਿਣੇ, ਐਸੇ ਹੀ ਹੈ, ਬਿਲਕੁਲ। ਪਰ ਹੁਣ ਬੰਦਾ ਇੱਕ ਬੰਦਾ ਕਿਤਨੇ ਕਰਾ, ਉਹ ਪਿਛਲੇ ਜਿਹੜੇ ਆਫਸ ਸਾਹਿਬ ਵੀ ਬਿਮਾਰ ਹੋਏ, ਅਸਾਂ ਦਵਾਈ ਖਾਣੇ, ਉਹ ਬਿਮਾਰ ਹੋਏ, ਬਿਲਕੁਲ ਐਸੇ ਹੀ ਹੈ, ਅੱਲਾ ਪਾਕ ਨੇ ਸਿਹਤ ਦੇਣ, ਮੌਲਾ ਪਾਕ ਨੇ ਸਿਹਤ ਤੰਦਰੁਸਤੀ ਦੇਣ, ਤੇ ਬਾਰਾ ਅਗਰ ਆਫਸ ਸਾਹਿਬ ਆਉਣ ਤੇ ਮੈਂ ਨਾ, ਕਿਆ ਬਾਤ, ਫਿਰ ਜ਼ਰੂਰਤ ਹੀ ਕੋਈ ਨਹੀਂ, ਫਿਰ ਸ਼ਾਹ ਸਾਹਿਬ ਸ਼ਾਹ ਨਾ ਛੋੜ, 10 ਸਾਲ ਨਾ ਛੋੜ, ਬੇਸ਼ੱਕ, ਫਿਰ ਤਾਂ ਮਸਲਾ ਹੀ ਕੋਈ ਨਹੀਂ, ਬੇਸ਼ੱਕ। ਤੇ ਹੁਣ ਰਾਏਸਗੀਰ ਸਾਹਿਬ ਉਹ ਵਿਚਾਰੇ ਕਰਨੇ ਨਸ ਭੱਜ ਕਰਨੇ, ਜਿੱਥੇ ਉਹ ਬਿਮਾਰ ਆ ਨੇ ਪਤਾ, ਉਹ ਆ ਉਹਨਾਂ ਦੀ ਤਬੀਅਤ ਸੈੱਟ ਨਹੀਂ, ਪਹਿਲੇ ਕੋ ਉਹਨਾਂ ਨੇ ਇੱਕ ਜੋੜੀਦਾਰ ਨਾਲ ਚਾਹੀਦਾ, ਜੋੜੀਦਾਰ ਹੋਇਆ ਨਾ, ਠੀਕ ਤੇ 2000 ਆਉਣੇ ਇਨਕਾ ਖਿਆਲ ਵੇ। ਬਿਲਕੁਲ ਗੱਲ ਠੀਕ, ਚਲੋ ਜੀ ਅਸਾਂ ਦੁਆ ਕਰਨੇ ਸਾਰੇ ਮਾਮਲਾਤ, ਹਾਂ ਅੱਲਾ ਪਾਕ ਖੈਰ ਕਰੇ ਜੀ, ਅੱਲਾ ਜੀ ਠੀਕ ਹੈ ਜੀ। ਨਾਜ਼ਰੀਨ ਬਹੁਤ ਮਿਹਰਬਾਨੀ ਜੀ, ਸ਼ਾਹ ਜੀ ਤੁਸੀਂ ਮਿਹਰਬਾਨੀ ਜੀ।